ਜੀ ਵਧਾਈ ਦੇ ਪਾਤਰੋਂ ਪੰਜਾਬ ਦੇ ਲੋਕ ਸਾਰਾ ਹਿੰਦੁਸਤਾਨ ਬੜਾ ਹੈਰਾਨ ਹੈ ਖਾਸ ਤੌਰ ਤੇ ਰਾਜਕਰਤਾ ਸ਼੍ਰੇਣੀ ਵੀ ਜਿਨ੍ਹਾਂ ਨੂੰ ਅਸੀਂ ਜੱਟ ਬੂਟ ਕਹਿੰਦੇ ਸੀ ਦੋ ਸ਼ਬਦ ਬੋਲਿਆ ਜੱਟ ਬੂਟ ਯਾਰ ਉਹ ਇੰਨੇ ਸ਼ਾਂਤ ਵਧਾਈ ਦੇ ਪਾਤਰੋਂ ਤੁਸੀਂ ਬੇਟਾ ਕੇਜਰੀਵਾਲ ਕਿਹੜੇ ਬਾਗ ਦੀ ਮੂਲੀ ਆ ਉਹ ਕਿਹੜੇ ਬਾਗ ਦੀ ਮੂਲੀ ਆ ਪੁੱਤ ਉਹ ਕਾਰਪੋਰੇਟ ਸੈਕਟਰ ਦਾ ਇੱਕ ਨਿੱਕਾ ਜਿਹਾ ਚੂਹਾ ਹੈ ਜੇ ਮੋਦੀ ਦੀ 56 ਇੰਚ ਦੀ ਛਾਤੀ ਪੁਰ ਥੱਲੋਂ ਦੀ ਲੰਘ ਸਕਦੀ ਆ ਕੇਜਰੀਵਾਲ ਕੀ ਕਰਦੂ ਬੇਟਾ ਸਾਰੀ ਇੱਕੋ ਹੀ ਗੱਲ ਆ ਮਾਮੇ ਭੂਆ ਦੇ ਪੁੱਤ ਨੇ ਕੋਈ ਕਿਸੇ ਦਾ ਫੱਫੜ ਨਹੀਂ ਬੇਟਾ ਮਜਬੂਰੀ ਵਾਸਤੇ ਖੜਾ ਉਹ ਜੰਨ ਚੜਿਆ ਹੋਇਆ ਉੱਥੇ ਹੀ ਬੈਠਾ ਵਿਆਹ 'ਚ ਆਪਣੀਆਂ ਵੋਟਾਂ 'ਚ 66,000 ਕਰੋੜ ਰੁਪਇਆ ਕਿੱਥੋਂ ਮਿਲਦਾ ਹੈ ਚਾਹ ਦੇ ਕੱਪ 'ਚੋਂ ਤਾਂ ਪੁੱਤ ਨਿਕਲਦਾ ਨਹੀਂ ਜੇ ਨਿਕਲਦਾ ਦੱਸ ਦਿਓ ਮੈਂ ਤੁਹਾਡੇ ਨਾਲ ਤੁਹਾਨੂੰ ਮੱਝ ਦੇ ਦੇਣਾ ਘਰੋਂ ਨੀਰਾ ਚਾਰਾ ਉਹਨੂੰ ਮੈਂ ਪਾਊਂ ਦੁੱਧ ਤੁਸੀਂ ਪਾਇਓ ਅਤੇ ਚਾਹ ਵੇਚਿਓ ਜੇ ਤੁਸੀਂ ਉਹਦੇ ਵਿੱਚ 10 ਰੁਪਏ ਵਿਚਾ ਲਓ ਤਾਂ ਉਹਦਾ ਗੋਹਾ ਨਹੀਂ ਚੱਕਿਆ ਜਾਣਾ ਇਹਦੇ ਕੋਈ 66,000 ਕਰੋੜ ਕਿੱਥੋਂ ਆ ਗਿਆ ਪੁੱਤ ਪਤਾ ਲੱਗਿਆ ਉਹਨੂੰ ਪੁੱਛਦਾ ਸੀ ਵੀ ਸਾਡੀ ਭਾਰਤ ਮਾਤਾ ਕੇ ਜਾਏ ਆਪਕੇ ਪਾਸ ਇਤਨੇ ਨੋਟ ਕਹਾਂ ਸੇ ਆਏ ਬੇਟਾ ਹਰਿਆਣਾ ਸਰਕਾਰ ਤਾਂ ਤੁਹਾਨੂੰ ਪਤਾ ਵੀ ਸਾਡੇ ਲੋਕਾਂ ਤੋਂ ਉੱਥੋਂ ਗਲਤੀ ਹੋ ਗਈ ਤੁਹਾਨੂੰ ਪਤਾ ਨਾ ਗਲਤੀ ਅਸੀਂ ਕੀਤੀ ਹੈ ਜੇ ਸਾਰਾ ਹਿੰਦੁਸਤਾਨ ਗਲਤੀ ਕਰ ਲਿਆ ਤਾਂ ਪੁੱਤ ਅਸੀਂ ਵੀ ਕਰ ਗਏ ਅਸੀਂ ਜ਼ਿਆਦਾ ਪੜ੍ਹੇ ਨਹੀਂ ਨਾ ਤੁਹਾਡੇ ਪੰਜਾਬ ਨਾਲੋਂ ਬਹੁਤ ਪਿੱਛੇ ਫਿਰਦੇ ਹਾਂ ਉੱਥੇ ਸਾਨੂੰ ਹਿੰਦੂ ਧਰਮ ਸਾਡਾ ਖਤਰੇ 'ਚ ਆ ਗਿਆ ਨਹੀਂ ਮੈਂ ਬੇਸ਼ੱਕ ਪੜ੍ਹ ਜਾ ਮੈਂ ਸਾਰਿਆਂ ਕੋਲ ਥੋੜ੍ਹਾ ਜਿਹਾ ਮੈਂ ਇੱਥੇ ਤਾਂ ਮੇਰਾ ਭਰਾ ਨਹੀਂ ਲੋਟ ਆਉਂਦਾ ਹਰਿਆਣੇ ਦੇ ਲੋਕਾਂ ਤੋਂ ਗਲਤੀਆਂ ਵੀ ਹੋਈਆਂ ਨੇ ਅਤੇ ਹਰਿਆਣੇ ਦੇ ਲੋਕ ਗਲਤੀਆਂ ਦਰੁਸਤ ਵੀ ਕਰਨ ਜਾਣਦੇ ਨੇ ਤੁਹਾਨੂੰ ਪਤਾ ਵੀ 1857 ਦੇ ਗਦਰ 'ਚ ਸਭ ਤੋਂ ਵੱਧ ਅੰਗਰੇਜ਼ ਅਸੀਂ ਠੋਕੇ ਸੀ ਸਭ ਤੋਂ ਵੱਧ ਅੰਗਰੇਜ਼ਾਂ ਦੀਆਂ ਜਿਹੜੀਆਂ ਸਮਾਧਾਂ ਸਾਡੇ ਸਰਸੇ ਨੇ ਇਸ ਤਰ੍ਹਾਂ ਬੇਟੇ ਵੀ ਜਦੋਂ ਅਸੀਂ ਸੰਘਰਸ਼ ਕਰਦੇ ਹਾਂ ਨਾ ਸੰਘਰਸ਼ ਦਾ ਮਤਲਬ ਇਹ ਨਹੀਂ ਕਿ ਅਸੀਂ ਲਾਲ ਕਿਲੇ ਦੀ ਕੰਧ 'ਤੇ ਚੜ੍ਹ ਜਾਣਾ ਹੁੰਦਾ ਜੇ ਸ਼ੰਭੂ ਬਾਰਡਰ 'ਤੇ ਵੀ ਸਾਨੂੰ ਰੋਕ ਲਿਆ ਅਸੀਂ ਦਿੱਲੀ ਪਹੁੰਚ ਗਏ ਉਹ ਰੋਕਦੇ ਤਾਂ ਇਹਨੇ ਦਿੱਲੀ ਆ ਜਾਣਾ ਬਿਲਕੁਲ ਯਾਦ ਰੱਖ ਨਾ ਗਾਲ ਨਾ ਲਲਕਰਾ ਨਾ ਜੈਕਾਰਾ ਨਾ ਚੱਕ ਦਿਆਂਗੇ ਨਾ ਵੱਢ ਦਿਆਂਗੇ ਬਿਲਕੁਲ ਬੰਦ ਇਹ ਤਾਂ ਤੁਸੀਂ ਵਧਾਈ ਦੇ ਪਾਤਰੋਂ ਪੰਜਾਬ ਦੇ ਲੋਕ ਸਾਰਾ ਹਿੰਦੁਸਤਾਨ ਬੜਾ ਹੈਰਾਨ ਹੈ ਖਾਸ ਤੌਰ 'ਤੇ ਰਾਜਕਰਤਾ ਸ਼੍ਰੇਣੀ ਵੀ ਜਿਨ੍ਹਾਂ ਨੂੰ ਅਸੀਂ ਜੱਟ ਬੂਟ ਕਹਿੰਦੇ ਸੀ ਦੋ ਸ਼ਬਦ ਬੋਲਿਆ ਜੱਟ ਬੂਟ ਯਾਰ ਉਹ ਇੰਨੇ ਸ਼ਾਂਤ ਵਧਾਈ ਦੇ ਪਾਤਰੋਂ ਤੁਸੀਂ ਔਰ ਸਦਾਣਾ ਸਾਹਿਬ ਨੇ ਜਿਵੇਂ ਦੱਸਿਆ ਵੀ ਜੋ ਕਰਤੂਤ ਕਰੂਗੀ ਰਾਜਕਰਤਾ ਸ਼੍ਰੇਣੀ ਕਰੂਗੀ ਕਿਸਾਨ ਮਜ਼ਦੂਰ ਕਲਾਕਾਰ ਛੋਟਾ ਵਪਾਰੀ ਕਰਮਚਾਰੀ ਇਹ ਕਦੇ ਵੀ ਕਿਸੇ ਪ੍ਰਕਾਰ ਦੀ ਹੁਲੜਬਾਜ਼ੀ ਨਹੀਂ ਕਰਦੇ ਨਾ ਇਹ ਗਦਾਰੀ ਕਰਦੇ ਆ ਨਾ ਇਹ ਗੁੰਡਾਗਰਦੀ ਕਰਦੇ ਆ ਇਹ ਤਾਂ ਦੇਸ਼ ਦੇ ਖੂਨ ਦੇ ਵਿੱਚ ਆਪਦਾ ਖੂਨ ਪਾਉਂਦੇ ਆ ਬਾਪੂ ਜੀ ਤੁਸੀਂ ਹਰਿਆਣੇ ਨਾਲ ਸੰਬੰਧਿਤ ਹੋ ਬਾਕਾਇਦਾ ਤੁਹਾਨੂੰ ਕੀ ਲੱਗਦਾ ਵੀ ਹਰਿਆਣਾ ਸਰਕਾਰ ਕੀ ਕਰੂਗੀ 26 ਤਾਰੀਖ ਬੇਟਾ ਹਰਿਆਣਾ ਸਰਕਾਰ ਤਾਂ ਤੁਹਾਨੂੰ ਪਤਾ ਵੀ ਸਾਡੇ ਲੋਕਾਂ ਤੋਂ ਉੱਥੋਂ ਗਲਤੀ ਹੋ ਗਈ ਤੁਹਾਨੂੰ ਪਤਾ ਨਾ ਗਲਤੀ ਅਸੀਂ ਕੀਤੀ ਹੈ ਜੇ ਸਾਰਾ ਹਿੰਦੁਸਤਾਨ ਗਲਤੀ ਕਰ ਲਿਆ ਤਾਂ ਪੁੱਤ ਅਸੀਂ ਵੀ ਕਰ ਗਏ ਅਸੀਂ ਜ਼ਿਆਦਾ ਪੜ੍ਹੇ ਨਹੀਂ ਨਾ ਤੁਹਾਡੇ ਪੰਜਾਬ ਨਾਲੋਂ ਬਹੁਤ ਪਿੱਛੇ ਫਿਰਦੇ ਹਾਂ ਉੱਥੇ ਸਾਨੂੰ ਹਿੰਦੂ ਧਰਮ ਸਾਡਾ ਖਤਰੇ 'ਚ ਆ ਗਿਆ ਨਹੀਂ ਮੈਂ ਬੇਸ਼ੱਕ ਪੜ੍ਹ ਜਾ ਮੈਂ ਸਾਰਿਆਂ ਕੋਲ ਥੋੜ੍ਹਾ ਜਿਹਾ ਮੈਂ ਇੱਥੇ ਤਾਂ ਮੇਰਾ ਭਰਾ ਨਹੀਂ ਲੋਟ ਆਉਂਦਾ ਉਹ ਕਹਿੰਦਾ ਬਾਪੂ ਹਾਂ ਉਹ ਕਹਿੰਦਾ ਬਾਈ ਜੀ ਪੜ੍ਹਿਆ ਹੋਵੇਗਾ ਜੇ ਤੈਨੂੰ ਨਾ ਪੜ੍ਹਾਉਂਦਾ ਮੈਂ ਭੇਡਾਂ ਚਾਰ ਲਾਂ ਤਾਂ ਫਿਰ ਤੂੰ ਕੀ ਕਰਦਾ ਗੱਲ ਤਾਂ ਉਹਦੀ ਸੱਚੀ ਆ ਵੀ ਜੇ ਮੈਨੂੰ ਨਾ ਚੰਡੀਗੜ੍ਹ ਭੇਜਦਾ ਜਿੱਦੇ ਮੈਂ ਚੰਡੀਗੜ੍ਹ ਆਇਆ ਤੁਸੀਂ ਹੈਰਾਨ ਮੰਨੋਗੇ ਕਿ ਮੈਂ ਆੜਤੀਆਂ ਤੋਂ ਮੇਰਾ ਬਾਬਾ ਨਾਲ ਗਿਆ 1300 ਰੁਪਇਆ ਲੈ ਕੇ ਆਇਆ ਸੀ 1300 ਅਤੇ ਇੰਨੇ ਕਰ ਗਿਆ ਅਤੇ ਤੁਸੀਂ 1300 ਨਾਲ ਤੁਸੀਂ ਪਹਿਲੀ ਜਮਾਤ ਦੇ ਜਵਾਕ ਨੂੰ ਇਹ ਨਹੀਂ ਸਿਖਾ ਸਕਦੇ ਅੱਜ ਸਾਧੇ ਤਾਂ ਮੰਨ ਜਾਂਦੇ ਇੰਨੇ ਖੜੇ ਆਪਾਂ ਬੈਠੇ ਹਾਂ ਉੱਥੇ ਗਲਤੀਆਂ ਹੋਈਆਂ ਨੇ ਕੋਈ ਗੱਲ ਨਹੀਂ ਗਲਤੀ ਸੁਧਰ ਜੂ ਹਰਿਆਣੇ ਦੇ ਲੋਕਾਂ ਤੋਂ ਗਲਤੀਆਂ ਵੀ ਹੋਈਆਂ ਨੇ ਅਤੇ ਹਰਿਆਣੇ ਦੇ ਲੋਕ ਗਲਤੀਆਂ ਦਰੁਸਤ ਵੀ ਕਰਨ ਜਾਣਦੇ ਨੇ ਤੁਹਾਨੂੰ ਪਤਾ ਵੀ 1857 ਦੇ ਗਦਰ 'ਚ ਸਭ ਤੋਂ ਵੱਧ ਅੰਗਰੇਜ਼ ਅਸੀਂ ਠੋਕੇ ਸੀ ਸਭ ਤੋਂ ਵੱਧ ਅੰਗਰੇਜ਼ਾਂ ਦੀਆਂ ਜਿਹੜੀਆਂ ਸਮਾਧਾਂ ਸਾਡੇ ਸਰਸੇ ਨੇ ਤੁਹਾਨੂੰ ਅਗਲੀ ਕਰਤੂਤ ਦੀ ਗੱਲ ਦੱਸਦਾ ਉਹਨਾਂ ਨੇ ਤਾਂ ਸਾਨੂੰ ਮਾਰਿਆ ਸੀ ਤੋਪਾਂ ਨਾਲ ਲੜਾਇਆ ਸੀ ਇੱਕ ਪਿੰਡ ਨੂੰ ਤੋਪਾਂ ਨਾਲ ਹੁਣ ਜੇ ਅਸੀਂ ਬਜ਼ੁਰਗਾਂ ਕੋਲੋਂ ਸੁਣਦੇ ਹਾਂ ਨਾ ਮੇਰੀ 70 ਸਾਲ ਦੀ ਉਮਰ ਹੈ ਉਹ ਕਹਿੰਦੇ ਪੁੱਤ ਆਹ ਆਪਣੇ ਪਚਾਧਿਆਂ ਦਾ ਪਿੰਡ ਸੀ ਅਤੇ ਅੰਗਰੇਜ਼ ਨੇ ਤੋਪਾਂ ਨਾਲ ਉਡਾਤਾ ਅਜੇ ਤੱਕ ਪਿਆ ਪਰ ਕਿਰਦਾਰ ਵੇਖੋ ਲੋਕਾਂ ਦਾ
एक अंग्रेज मैम बेचारी भज के किसे कारीगर दे करे जा पड़ी, कारीगर परिवार 1857 का अंदोलन फेल हो गया, लोग कुटे गए, जेड़े उन्होंने बच्चे घरवालियाँ दफ्तर छड़ के भजे से उन्होंने तलाश शुरू हो गई, तो अंग्रेज औरत उस कारीगर के घर मिल गई। पहला तो कारीगर भड़काता उन्होंने, मैं तो हैरान भी उन्होंने गोली क्यों नहीं मारी उस वक्त जो तो दूजे ने मारी सी, फड़ी गल की उन्होंने कहा भी तेरे नाल किवें बिहेव किया, अभी मोर देन फादर, मोर देन फादर। अनपढ़ बंदा कारीगर अंग्रेज मैम जिदे सारे अफसर ने साडे सारे इलाके नू तोपां नाल लड़ाया, असी उन्होंने जनानी नू धी बना के रखिया, ये किरदार सी हरियाणे का भाईजान। सातों ने मेरे फिक्र ना मन, असी फटे चक देंगे, असी पंजाब दे नाल आ। देखो हाँ तुसी बेटा बहुत वधिया सवाल किया बेटे ने, एक बेटा बहुत विद्वान है उहदा नाम नियोमी क्लेन, ठीक है बच्चे, अंग्रेजी च लिखी है कर्मा सेती, उहदा पंजाबी च अनुवाद हो गया, तुसी जरूर पढ़ियो, थोनू मैं जरूर कहूँगा तुम लाजमी पढ़े। वो लिखती है लड़की भी जदों सरकारां ते खास तौर पर सरमाएदारी निजाम संकट का किरिया होवे, वो फिर बनौटी खतरे पैदा करती है, बनौटी बीमारियां पैदा करती है, बनौटी लड़ाइयां पैदा करती है। ये अपनी सरकार ने, अमेरिका ने, क्योंकि सरमाएदारी निजाम खतरे विच है, उन्होंने फिर करोना पालिया, करोना आपां भी ले लिया, 24 मार्च तक तो करोना कुछ नहीं कहता सी, 24 मार्च वाली रात नूं उत्तों ही आ गया अपने ते, ते सारे घरां च बंद करते, डांगां फड़ातियां पुलिस दे हत्थ च भी टीका तो है नहीं, तो मौरां च डांग मारो करोने का इलाज हो जाऊ, तो हुण तक थोड़े डांग बजी जांदी है। दिल्ली च करोना हुण ज़्यादा सिर चक गया, क्यों चक गया उन्होंने पता भी किसान आ रहे हैं। तो लगता है केजरीवाल भी फिर सेंटेंस बेटा केजरीवाल केड़े बाग दी मूली है, वो कम केड़े बाग दी मूली है पुत, वो कारपोरेट सेक्टर का एक निका जा चूहा है बलूंगड़ा, जे मोदी की 56 इंच की छाती पुल थलों की लंघ सकती है, केजरीवाल की कर दूंगे ते सारी कोई गल, मामे भूआ के पुत ने कोई कहे का फफड़ा नहीं बेटा, मजबूरी बस खड़ा, वो जन चढ़िया होया उत्थे बैठा ब्याह च कुड़मा कुड़मी वरतन गए। दूषणबाजी करने तो काम कोई नहीं, कोई भारत माता की चिंता थोड़ा है, ना थोड़े हितों की चिंता, ना थोड़ी विद्या की चिंता, ना थोड़ी सेहत की चिंता, ना थोड़ी सुरक्षा की चिंता, वो तो एक चिंता है भी सारे हिंदुस्तान लत थलों की किमें कढ़ना, उस तो बाद जी हजूर मी लॉर्ड योर ऑनर हिज एक्सेलेंसी तो सर कह के असी कारपोरेट सैक्टर के दरवाजे जा जाएंगे। यह उन्होंने प्राप्ति है, उन्होंने अपन वोटों से 66,000 करोड़ रुपया कितों मिलता है, चाह के कप चू तो पुत निकलता नहीं, जो निकलता दस दो मैं थोड़े नाल तुहानूं मज दे देना करो, नीरा चारा उन्होंने मैं पाऊ, दुध तुसी पायो तो चाह बेचो, जो तुसी उहदे विचों 10 रुपये भी बचा लो तो वह गोहा नहीं चक्या जाना, इहदे कोल 66,000 करोड़ कितों आ गया पुत, पता लगे उन्होंने पूछो तो सी भी साड़ी भारत माता के जाए आपके पास इतने नोट कहाँ से आए, ठीक है ना। हाँ किस प्रकार की गिणती पुत, पंजाबियों की, देखो पुत गल ये थोड़ा सवाल बहुत गहरा, तो सरकार यह सवाल बड़ा रास आ कुमार ने
तीन खतरे ने हिंदुस्तान च पुत भी भारत माता नूं खतरा है पक्का धर्म नूं खतरा फिर पंथ नूं खतरा तीन खतरे 24 घंटे बरकरार रहे मैं कहना भी भारत माता दे सुरक्षा दी जिन्हां ने ठेका लै रख्या धर्म का ठेका लै रख्या पंथ का ठेका लै रख्या इन्हां तों पुत तुहानूं खतरा है इन्हां नूं कदे कुछ नहीं होया कौड़ी बेल वांगू वधदे आ इह पिछले 20 सालां च इन्हां दे ठेकेदारां दा तुसीं ढिड अंदर नूं होया वेख्या कुड़ते पुराने वेच आउणों हट गए ऐचकना बदलनियां पै गईयां रे पजामे नवें सोने पै गए कोई पुराना लोट नहीं आ रहा तंग हो गया इस करके ये कोई खतरा नहीं है खतरे एक क्रिएट करते उन्हें पता है भी बहुरंगा देश है बहुभाषाई देश है बहु सभ्याचारक देश है इन्नी दुनिया से किते भी विभिन्नता विभिन्नता का लफ्ज भैड़ा स्वर्णता किते भी नहीं है ये भांत भांत के फुलों की खुशबू का देश है जो इत किसी अवतार नूं आना आता तो इतने आना अमरीका च नहीं जन्म लैंदा उन्हें पता मैं उत्थे की लेना है हाथ तो धोने नहीं बाथरूम जाने तो बाद अवतार ने की लेना होना उत्थे 100 बारी सुचे होने फिर भी कहने कि झूठे ना उजगे इस करके देश की बिना गल तो खतरे करते ने कोई खतरा नहीं कमाल है भगत सिंह राजगुरु सुखदेव सुखदेव कितों का भगत सिंह कितों का राजगुरु कितों का फांसी कितने चढ़ते हैं लाहौर अंग्रेज़ नूं ते खतरा हो गया सी थोड़िया तो बाई जी फांसियां दे रस्से सांझे थोड़ा दुख सांझा थोड़ी भुख सांझी थोड़ी कुख सांझी थोड़ा मुख सांझा इस गल तो डरते हैं थोड़ी ये सोच तो डरते ने हे एक और सवाल है जी हाँ पुत्र किसान ने कहा कि 26 और 27 का प्रोग्राम हैगा जाम दा दिल्ली ओके लेकिन अगर कुछ हल ना निकले कितने दिन और बैठोगे देखो बेटा गल सुन क्या बात है कोई बात ए पुत लंबाई तो नहीं इनू ए है भी किसान हफ जाणगे याद रखियो किसान दा पुत सारी सारी रात तुरे फिरदा खेत दी बट ते तुरदा तां हफदा नहीं बह के किवें हफजू तुसीं ऐ करो किसी बंदे नूं मेरे नाल खेत चलो मैं खेती करवाउणा मैं तुम्हें खेत की बुकल भी मरवा दूँ तुम एक वट से 15 मिनट तुर पियो